ਸੁਬਾ ਉੱਠਦੇ ਸਾਰ ਹੀ ਆਪਾਂ Google ਦੀ ਵਰਤੋਂ ਕਰਨੀ ਸ਼ੁਰੂ ਕਰ ਲੈਂਦੇ ਆਂ ਕਈ ਵਕੀਰ ਹੁੰਦੇ ਆ ਉਹ ਹਰੇਕ ਕੇਸ ਦੀ ਜਾਣਕਾਰੀ ਜਾਂ ਆਮ ਲੋਕ ਵੀ ਕਿਸੇ ਬਾਰੇ ਕੋਈ ਜਾਣਕਾਰੀ ਇਕੱਠੀ ਕਰਨੀ ਹੋਵੇ ਤਾਂ Google ਦੇ ਉੱਪਰ ਪਹੁੰਚ ਕਰਦੇ ਨੇ ਪਰ ਹੁਣ ਤਾਂ Google ਦੇ ਉੱਪਰ ਹੀ ਸਵਾਲ ਖੜੇ ਹੋ ਰਹੇ ਨੇ Google ਦੇ ਉੱਪਰ ਹੀ ਕੇਸ ਹੋ ਗਿਆ ਏ ਮਿੰਟੂ ਜੀ ਕੀ ਹੈ ਪੂਰਾ ਮਾਮਲਾ ਅ ਦੇਖੋ Google ਤੇ ਜਿਹੜਾ ਕੇਸ ਹੋਇਆ Google ਤੇ ਕੋਈ ਕੇਸ ਇਸ ਤਰ੍ਹਾਂ ਨਹੀਂ ਹੋਇਆ ਕਿ Google ਨੇ ਕਿਸ ਨੂੰ ਸੱਟ ਮਾਰ ਦਿੱਤੀ ਤੇ ਉਹ ਬੰਦਾ ਜਾ ਕੇ ਹਸਪਤਾਲ ਚ ਦਾਖਲ ਹੋ ਗਿਆ 23 24 ਬਣ ਗਈ ਹੈ 26 ਬਣ ਗਈ ਜੀ Google ਤੇ ਪੂਰੀ ਦੁਨੀਆ ਦੇ ਵਿੱਚ ਕਈ ਦੇਸ਼ਾਂ ਦੇ ਅੰਦਰ ਪਹਿਲਾਂ ਵੀ ਜੁਰਮਾਨਾ ਹੋਇਆ ਹੁਣ ਵੀ ਜੁਰਮਾਨਾ ਹੋਇਆ ਜੀ ਜੁਰਮਾਨਾ ਹੋਇਆ ਜੁਰਮਾਨਾ ਕਿਦਾਂ ਹੋਇਆ ਉਹ ਥੋੜਾ ਜਿਹਾ ਤੁਹਾਨੂੰ ਮੈਂ ਦੱਸ ਦੇਣਾ ਖੋਲ ਕੇ ਸਾਡੇ ਇੱਥੇ ਇੱਕ ਕਮਿਸ਼ਨ ਹੈ ਕਮਿਸ਼ਨ ਆਫ ਕੰਪੀਟੀਸ਼ਨ ਇਨ ਇੰਡੀਆ ਜੀ ਸੀਸੀਆਈ ਕਹਿ ਦਿੰਦੇ ਆ ਉਹਨੂੰ ਜੀ ਜਾਂ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਇਹ ਇਹ ਜਿਹੜਾ ਸੀਸੀਆਈ ਹੈ ਵੀ ਜਾਨੀ ਮੁਕਾਬਲੇ ਬਾਜ਼ੀ ਨੂੰ ਤਵਾਜ਼ਨ ਦੇਣ ਵਾਲਾ ਜਾਂ ਤਵਾਜ਼ਨ ਉਹਦਾ ਵੇਖਣ ਵਾਲਾ ਕਿ ਮੁਕਾਬਲਾ ਜਿਹੜਾ ਹੈ ਉਹ ਕਿਸੇ ਇੱਕ ਪਾਸੇ ਨਾ ਚੁਕੇ ਜੀ ਤਾਂ ਭਾਈ ਉਹਦੇ ਤੇ ਨਿਗਾਹ ਰੱਖਣੀ ਆ। ਹੂੰ ਗੂਗਲ ਵੈਸੇ ਹੁਣ ਜਦੋਂ ਤੁਸੀਂ ਗੂਗਲ ਦੀ ਗੱਲ ਕੀਤੀ ਵੀ ਆਪਾਂ ਸਵੇਰੇ ਜਾਂਦੇ ਆ ਜਾਂ ਅਸਲ ਚ ਕੀ ਹੈ ਕਿ ਜਦੋਂ ਤੁਸੀਂ ਫੋਨ ਲੈਨੇ ਹੋ ਹੂੰ ਤਾਂ ਬਹੁਤ ਸਾਰੀਆਂ ਐਪਸ ਜਿਹੜੀਆਂ ਹੁੰਦੀਆਂ ਨੇ ਪ੍ਰੀ ਅਪਲੋਡ ਹੁੰਦੀਆਂ ਨੇ। ਜੀ ਹੁਣ ਪੰਗਾ ਕੀ ਹੈ ਕਿ ਗੂਗਲ ਦੀਆਂ ਖੁਦ ਦੀਆਂ ਬਹੁਤ ਐਪਸ ਨੇ ਹੂੰ YouTube ਵੀ ਤਾਂ ਉਹਨਾਂ ਦਾ ਹੈ। ਹੂੰ ਇਥੋਂ ਤੱਕ ਕਿ ਐਂਡਰੋਇਡ ਸਿਸਟਮ ਹੈ ਜਿਹੜਾ ਉਹ ਵੀ ਉਹਨਾਂ ਦਾ ਜੋ অপারেটিং ਸਿਸਟਮ ਹੈ ਖਾਸ ਤੌਰ ਤੇ ਜਿਹੜਾ ਆਪਾਂ ਮਤਲਬ ਕਿ ਲੋਅਰ ਮੀਡਲ ਗਰੀਬ ਜਾਂ ਅਪਰ ਮੀਡਲ ਕਲਾਸ ਅੱਜ ਕੱਲ ਜਿਆਦਾ ਫੋਨ ਇਸਤੇਮਾਲ ਕਰਦੇ ਹੋ 스마트ਫੋਨ ਹੈ ਤਾਂ ਉਹਨਾਂ ਦਾ অপারেটিং ਸਿਸਟਮ ਜਿਹੜਾ ਸਾਰਿਆਂ ਦਾ ਐਂਡਰੋਇਡ ਹੈ ਠੀਕ ਹੈ ਨਾ ਜੀ ਆਈਫੋਨ ਵਾਲੇ ਤਾਂ ਡਰ ਹੈਗਾ ਨਾ ਉਹ ਤਾਂ ਗੱਲਾਂ ਹੀ ਗਾਂਦੀਆਂ ਆ ਅੱਛਾ ਹੁਣ ਇਹ ਜਿਹੜਾ ਮਸਲਾ ਸੀਗਾ ਉਹ ਕੁਝ ਕੰਪਨੀਆਂ ਨੇ ਇਤਰਾਜ਼ ਚੁੱਕਿਆ ਕਿ ਦੇਖੋ Google ਕੀ ਹੈ ਕਿ ਉਹਨਾਂ ਦੀ ਹੈਗੀ ਹੈ ਮਨੋਪਲੀ ਜਦੋਂ ਉਹਨਾਂ ਦਾ ਆਪਣਾ ኦਪਰੇਟਿੰਗ ਸਿਸਟਮ ਹੈ ਜਦੋਂ ਉਹਨਾਂ ਦੇ ਕੋਲ ਉਹਨਾਂ ਦਾ ਆਪਣਾ Play Store ਹੈ ਜੀ ਤੇ ਕੀ ਹੈ ਕਿ ਉਹ ਆਪਣੀਆਂ ਚੀਜ਼ਾਂ ਨੂੰ ਹੀ ਉੱਥੇ ਪਹਿਲ ਦਿੰਦੇ ਨੇ ਤਵੱਜੋ ਦਿੰਦੇ ਨੇ ਹੁਣ ਜਦਾਂ فرض ਕਰੋ ਕਿ ਤੁਸੀਂ ਕੋਈ ਚੀਜ਼ ਸਰਚ ਕਰਨੀ ਹੈ ਤਾਂ ਤੁਸੀਂ ਕਿੱਥੇ ਜਾਓਗੇ Google Google ਕੋਲੇ ਕਿਉਂਕਿ ਉਹ ਸਾਰਾ ਕੁਝ ਹੈ ਹੀ Google ਦਾ ਹੂੰ ਵੈਸੇ ਤਾਂ ਸਰਚ ਇੰਜਨ ਹੋਰ ਬਹੁਤ ਨੇ ਹੂੰ ਯਾਹੂ ਵੀ ਸਰਚ ਇੰਜਨ ਹੀ ਸੀ ਫਿਰ ਬਾਅਦ ਦੇ ਵਿੱਚ ਮਿਲਦਾ ਈਮੇਲ ਤੇ ਉਹ ਆ ਗਏ ਤਾਂ ਮਤਲਬ ਕਿ ਇਹ ਇਦਾਂ ਦੇ ਸਰਚ ਇੰਜਨ ਬਹੁਤ ਨੇ ਯਾਹੂ ਇੱਕ ਮਿਸਾਲ ਹੈ ਤਾਂ ਗੱਲ ਕੀ ਹੈ ਕਿ ਹੁਣ ਜਦੋਂ ਉਹਨਾਂ ਦਾ ኦਪਰੇਟਿੰਗ ਸਿਸਟਮ ਹੈ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਚੀਜ਼ਾਂ ਜਿਹੜੀਆਂ ਉਹ ਤਰਤੀਬ ਵਾਰ ਕਰਨੀਆਂ ਨੇ ਜੀ ਤੇ ਇਸ ਕਰਕੇ ਕੁਝ ਕੰਪਨੀਆਂ ਦਾ ਇਤਰਾਜ਼ ਸੀ ਜਦੋਂ ਉਹ ਸੀਸੀਆਈ 'ਚ ਪਹੁੰਚਿਆ ਮਾਮਲਾ ਉਹਨਾਂ ਨੇ ਵੇਖਿਆ ਕਿ ਆ ਗੜਬੜਤੋ ਹੈ ਭਾਈ ਉਹਨਾਂ ਨੇ ਲਾਇਆ ਇਹਨਾਂ ਤੇ 13 13500 ਕਰੋੜ ਦਾ ਜੁਰਮਾਨਾ ਜੀ ਜੁਰਮਾਨਾ Google ਨੂੰ ਜਦੋਂ ਵੀ ਪਾਏਗਾ ਬਹੁਤ ਵੱਡਾ ਪੈਂਦਾ ਹੈ ਇਸ ਦਾ ਕੀ ਕਾਰਨ ਹੈ ਜੀ ਨਹੀਂ ਇਹੀ ਚੀਜ਼ਾਂ ਨੇ ਕੁਝ ਦੇਖੋ ਗੱਲ ਇਹ ਹੈ ਕਿ ਤੁਸੀਂ ਜਦੋਂ ਇਹਨਾਂ ਮਾਰਕੀਟ ਚੋਂ ਰੁਪਈਆ ਇਕੱਠਾ ਕਰਦੇ ਹੋ ਹਮ ਹੁਣ YouTube ਲਾ ਲੋ YouTube ਤੇ ਕਿੰਨੇ ਬੰਦੇ ਆਪਣੇ ਅਰਨ ਕਰਦੇ ਨੇ ਤਾਂ ਉਹ ਕਮਾਈ ਦੇ ਵਿੱਚੋਂ ਇੱਕ ਬੜਾ ਵੱਡਾ ਹਿੱਸਾ ਤਾਂ YouTube ਰੱਖਦਾ ਹੈ ਹੂੰ ਸਿਰਫ ਤੇ ਸਿਰਫ ਤੁਹਾਨੂੰ ਇੱਕ ਪਲੇਟਫਾਰਮ ਦੇਣ ਲਈ ਹੂੰ ਫਰਜ਼ ਕਰੂ ਕੋਈ ਤੁਹਾਨੂੰ 10 ਡਾਲਰ ਆਏ ਨੇ ਹੂੰ ਵੀਡੀਓ ਦੇ ਤੇ 10 10 ਜਿਹੜੇ ਆਏ ਨੇ ਹੋ ਸਕਦਾ ਉਹ ਪੂਰੇ ਤਾਂ 20 ਬਣੇ ਹੋਣ ਹੂੰ ਤਾਂ ਵਿੱਚੋਂ ਕੁਝ 10 ਉਹ ਲੈ ਕੇ ਤਾਂ 10 ਤੁਹਾਨੂੰ ਦੇ ਦਿੱਤੇ ਤੁਸੀਂ 10ਾਂ 'ਚ ਸੰਤੁਸ਼ਟ ਹੋ ਪਰ ਉਹ ਸੰਤੁਸ਼ਟਿਆ ਕਿ ਠੀਕ ਹੈ ਬਈ ਆਪਾਂ ਤਾਂ ਸੁਪਰ ਸੰਤੁਸ਼ਟਿਆ ਕਿ 10 ਆ ਗਏ ਤੋ ਇਸ ਤਰ੍ਹਾਂ ਉਹਨਾਂ ਦੀ ਅਰਨਿੰਗ ਹੈ ਨਾ ਬਾਜ਼ਾਰ ਚ ਜੀ ਫੇਸਬੁਕ ਦਾ ਕਿੱਡਾ ਵੱਡਾ ਬਾਜ਼ਾਰ ਹੈ ਪਰ ਉਹਨਾਂ ਦੀਆਂ ਜ਼ਿੰਮੇਵਾਰੀਆਂ ਨੇ ਹਮ ਜ਼ਿੰਮੇਵਾਰੀਆਂ ਵੀ ਆ ਕਿ ਭਾਈ ਤੁਸੀਂ ਨਰਪੱਖ ਟੰਗ ਨਾਲ ਚੱਲਣਾ ਹੈ ਭਾਈ ਤੁਸੀਂ ਕਿਸੇ ਬੰਦੇ ਦੀ ਪ੍ਰਾਈਵੇਸੀ ਦਾ ਖਿਆਲ ਰੱਖਣਾ ਹੈ ਹਮ ਉਹਦਾ ਡਾਟਾ ਜਿਹੜਾ ਉਹਦੀ ਜ਼ਿੰਮੇਵਾਰੀ ਤੁਹਾਡੀ ਹੋਏਗੀ ਤਾਂ ਫਿਰ ਕਿਉਂ ਨਹੀਂ ਸੰਭਾਲਣਗੇ ਜਦੋਂ ਤੁਸੀਂ ਨੋਟ ਵਟ ਰਹੇ ਹੋ ਹਮ ਤਾਂ ਉਹ ਫਿਰ ਤੁਹਾਡੇ ਪਿਓ ਨੇ ਥੋੜੀ ਕਰਨਾ ਸਾਰਾ ਕੁਝ ਸੋ ਇਸ ਕਰਕੇ ਜਿੱਥੇ ਵੀ ਉਹ ਬ੍ਰੀਚਿੰਗ ਹੁੰਦੀ ਹੈ ਉੱਥੇ ਉਹ ਘਿਰ ਜਾਂਦੇ ਨੇ ਯੂਰਪੀ ਯੂਨੀਅਨ ਨੇ ਵੀ ਠੋਕੇ ਹੋਏ ਜੁਰਮਾਨੇ ਬਹੁਤ ਵੱਡੇ ਬੜੇ ਜ਼ਬਰਦਸਤ ਸ਼ਾਇਦ ਯੂਐਸ ਦੇ ਵਿੱਚ ਤਾਂ ਫੇਸਬੁੱਕ ਨੂੰ ਸੰਸਦ ਚ ਸੱਦ ਲਿਆ ਗਿਆ ਸੀਗਾ ਜੀ ਜੋਕਰਬਰਗ ਨੂੰ ਜਵਾਬ ਦੇਣਾ ਪਿਆ ਸੀਗਾ ਉੱਥੇ ਯਾਦ ਹੋਵੇਗਾ ਤੁਹਾਨੂੰ ਬਿਲਕੁਲ ਤਾਂ ਇਹ ਚੀਜ਼ ਹੁੰਦੀ ਹੈ ਉੱਧਰ ਤਾਂ ਬਹੁਤ ਕੜਾਈ ਦੇ ਨਾਲ ਇਹਨਾਂ ਨੂੰ ਨਿਜਿੱਠਿਆ ਜਾਂਦਾ ਹੁਣ ਇੱਕ ਸਕੂਲੀ ਬੱਚਿਆਂ ਦੀ ਉੱਥੇ ਬੜੀ ਮੂਵਮੈਂਟ ਚੱਲੀ ਹੈ ਕਿ ਬੱਚਿਆਂ ਦੀ ਮਾਨਸਿਕਤਾ ਤੇ ਅਸਰ ਪੈ ਰਿਹਾ ਵਾ ਇਹਨਾਂ ਚੀਜ਼ਾਂ ਕਰਕੇ ਤਾਂ ਇਹਨਾਂ ਨੂੰ ਜ਼ਿੰਮੇਵਾਰ ਠਹਿਰਾਉ। ਜੀ। ਇਹ ਆਪੇ ਹੀ ਆਪਣੀ ਕੋਈ ਦੇਖਣ ਕੇ ਕਿਸ ਤਰ੍ਹਾਂ ਇਹ ਨਿਯਮਬੱਧ ਕਰ ਸਕਦੇ ਨੇ ਇਹਨਾਂ ਚੀਜ਼ਾਂ ਨੂੰ। ਹੂੰ। ਤੋ ਇਹ ਇਹ ਚੀਜ਼ਾਂ ਹੁੰਦੀਆਂ ਨੇ ਇਸ ਕਰਕੇ ਇਹਨਾਂ ਨੂੰ ਜੁਰਮਾਨੇ ਪੈਂਦੇ ਆ। ਤਾਂ ਇੱਥੇ ਇੱਥੇ ਮਤਲਬ ਇਹ ਹੈ ਕਿ ਇੱਕ ਨਿਰਪੱਖ ਮੁਕਾਬਲਾ ਨਹੀਂ ਰਹਿਣ ਦਿੱਤਾ। ਹੂੰ। Google ਨੇ ਤਦ ਜੁਰਮਾਨਾ ਉਹਨਾਂ ਨੂੰ ਪਾਇਆ। ਜਦੋਂ ਉਹਨਾਂ ਨੇ ਮੁਕਾਬਲੇਬਾਜ਼ੀ 'ਚ ਦੂਸਰੀਆਂ ਕੰਪਨੀਆਂ ਨੂੰ ਲੌਸ ਕਰਨਾ ਸ਼ੁਰੂ ਕਰ ਦਿੱਤਾ। ਅੱਛਾ ਉਸ ਤੋਂ ਬਾਅਦ ਇਹ ਚਲੇ ਗਏ ਸੀਗੇ ਨੈਸ਼ਨਲ ਕੰਪਨੀ ਲਾ ਟ੍ਰਿਬਿਊਨਲ ਲਾ ਅਪੀਲੇਟ ਟ੍ਰਿਬਿਊਨਲ ਹੈ ਜਿਹੜਾ ਉਹਦੇ ਚ ਚਲੇਗਾ ਉਥੋਂ ਇਹ ਫਿਰ ਬਾਅਦ ਦੇ ਵਿੱਚ ਆ ਗਿਆ ਸੁਪਰੀਮ ਕੋਰਟ ਕਿਉਂਕਿ ਉਹਨਾਂ ਨੇ ਸੁਣੀ ਨਹੀਂ ਸੁਪਰੀਮ ਕੋਰਟ ਨੇ ਵੀ ਇਹਨਾਂ ਨੂੰ ਰਾਹਤ ਨਹੀਂ ਦਿੱਤੀ ਬਲਕਿ ਫਿਰ ਪਿੱਛੇ ਉਥੇ ਟ੍ਰਿਬਿਊਨਲ 'ਚ ਘੱਲ ਦਿੱਤਾ ਕਿ ਤੁਸੀਂ ਉੱਥੇ ਜਾਓ ਪਰ ਉਦੋਂ ਤੱਕ ਇੱਕ ਹਫ਼ਤੇ ਦੇ ਅੰਦਰ-ਅੰਦਰ 10 ਫੀਸਦੀ ਜੁਰਮਾਨਾ ਜਮ੍ਹਾਂ ਕਰਾਓ ਜਰਮਾਨੇ 'ਚ ਤੁਹਾਨੂੰ ਕੋਈ ਸ਼ੂਟ ਨਹੀਂ ਜੋ ਉਹਨਾਂ ਨੇ ਫੈਸਲਾ ਦਿੱਤਾ ਉਹ ਦਰੋਸਤ ਹੈ ਤੁਸੀਂ ਪਟੀਸ਼ਨ ਦਾਇਰ ਕੀਤੀ ਹੈ ਫੈਸਲੇ ਖਿਲਾਫ ਟ੍ਰਿਬਿਊਨਲ 'ਚ ਉਹ ਦੇਖ ਲੈ ਪਰ ਉਹਨਾਂ ਦੀ ਰਿਪੋਰਟ ਦੇ ਵਿੱਚ ਸਾਨੂੰ ਕਿਤੇ ਖਾਮੀ ਨਜ਼ਰ ਨਹੀਂ ਆਈ ਤਾਂ ਜਦੋਂ ਸੁਪਰੀਮ ਕੋਰਟ ਨੇ ਕਹਿ ਦਿੱਤਾ ਤਬ ਇਹ ਵਾਪਸ ਆ ਗਿਆ ਪਰ ਉਸ ਤੋਂ ਪਹਿਲਾਂ ਸੁਪਰੀਮ ਕੋਰਟ 'ਚ ਇਹਨਾਂ ਨੇ ਡਰਾਵਾ ਇਹ ਦਿੱਤਾ ਕਿ ਦੇਖੋ ਗੱਲ ਇਹ ਹੈ ਕਿ ਅਸੀਂ ਆਪਣੇ ਪਲੇਟਫਾਰਮ ਤੇ ਕਿਸੇ ਹੋਰ ਨੂੰ ਜੇ ਮੰਨ ਲਓ ਫ੍ਰੀਹੈਂਡ ਦੇ ਦੇਣੇ ਆ ਕੱਲ ਨੂੰ ਮੰਨ ਲਓ ਕੋਈ ਇਸ ਤਰ੍ਹਾਂ ਦੀ ਜਿਵੇਂ ਮੈਂ ਹੁਣ ਤੁਹਾਨੂੰ ਦੱਸਿਆ ਕਿ ਕੋਈ ਡਾਟਾ ਲੀਕ ਹੋ ਜਾਂਦਾ ਹੈ ਜਾਂ ਕਿਸੇ ਦੀ ਪ੍ਰਾਈਵੇਸੀ ਨੂੰ ਕੋਈ ਖਤਰਾ ਹੋ ਜਾਂਦਾ ਤਾਂ ਫਿਰ ਤੁਸੀਂ ਜ਼ਿੰਮੇਵਾਰ ਸਾਨੂੰ ਉੱਠਾ ਰੋਣਾ ਜੀ ਫਿਰ ਅਸੀਂ ਆਪਣੀਆਂ ਚੀਜ਼ਾਂ ਨੂੰ ਅੱਗੇ ਕਿਉਂ ਨਾ ਵਧਾਈਏ ਕਿਉਂਕਿ ਅਸੀਂ ਜ਼ਿੰਮੇਵਾਰ ਆ ਹੂੰ ਦੂਜੀ ਚੀਜ਼ ਉਹ ਕਹਿੰਦੇ ਆ ਕਿ ਦੇਖੋ ਅਸੀਂ ਫਿਰ ਕੱਲ ਨੂੰ ਇਹ ਆ ਕਿ ਜੇ ਇਦਾਂ ਕਰੋਗੇ ਤਾਂ ਅਸੀਂ ਆਪਣਾ ਐਂਡਰੋਇਡ ਸਿਸਟਮ ਹੋ ਸਕਦਾ ਹੈ ਕਿ ਬੰਦ ਕਰ ਦਈਏ ਕਿਉਂਕਿ ਹੁਣ ਦੇਖੋ Android ਸਿਸਟਮ Google ਦਾ ਹੈ ਪਰ ਤੁਸੀਂ ਦੇਖੋਗੇ ਉਹ ਤੁਹਾਡੇ Vivo ਚ ਵੀ ਹੈ ਤਾਂ ਸਿੱਧੇ ਉਹ ਤੁਹਾਡੇ ਉਹ ਹਾਂਜੀ ਹਾਂਜੀ ਦੇਖੋ ਇਹੀ ਤਾਂ ਚੀਜ਼ਾਂ ਨੇ ਮੈਂ ਅੱਜ ਤੋਂ ਕਈ ਸਾਲ ਪਹਿਲਾਂ ਇੱਕ ਆਰਟੀਕਲ ਪੜ੍ਹਿਆ ਸੀਗਾ ਕਿ Microsoft ਹੌਲੀ 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 ਦੁਨੀਆ ਨੂੰ ਗੁਲਾਮ ਬਣਾ ਲਏਗਾ ਹਾਂ ਤਾਂ ਫਿਰ ਉਹਦੇ ਵਿੱਚੋਂ ਹੁਣ ਚੀਜ਼ਾਂ ਦੇਖ ਲਓ ਕਿ ਕਿਸ ਤਰ੍ਹਾਂ ਨਿਕਲ ਰਹੀਆਂ ਨੇ ਮਤਲਬ ਕਿ ਹ ਹੁਣ ਜਦੋਂ ਤੁਹਾਡੇ ਦੇਸ਼ ਦੀ ਸਾਰੇ ਜੋ ਵੀ ਕਾਰਜ ਪ੍ਰਣਾਲੀ ਹੈ ਹੂੰ ਜੋ ਕੰਮ ਕਰਦੇ ਹੋ ਉਹ ਇੱਕ ਕੰਪਿਊਟਰ ਦੇ ኦਪਰੇਟਿੰਗ ਸਿਸਟਮ ਤੇ ਹੀ ਹੈ ਨਾ ਹੂੰ ਜਦ ਕਿ ਉਹ ਸਰਵਰ ਵੀ ਤੁਹਾਡੇ ਕੋਲ ਨਹੀਂ ਹੈਗੇ ਬੜੀ ਸੋਚ ਕੇ ਦੇਖਣ ਵਾਲੀ ਗੱਲ ਹੁੰਦੀ ਹੈ ਨਾ ਜੀ ਅੱਛਾ ਹੁਣ فرض ਕਰੋ ਆਪਰੇਟਿੰਗ ਸਿਸਟਮ ਦੀ ਆਪਾਂ ਗੱਲ ਕਰਦੇ ਹਾਂ Google ਕਿਉਂ ਇੱਕ ਮਤਲਬ ਕਿ ਮਨੋਪੋਲੀ ਰੱਖਦਾ ਹੈ ਨਾ ਹੂੰ ਕੋਈ ਕੰਪਨੀ ਗਈ ਕਹਿੰਦੇ ਕਿ ਭਾਈ ਸਾਹਿਬ ਆਪਾਂ ਆ ਮੋਬਾਈਲ ਲੈ ਆ ਰਹੇ ਆ ਮਾਰਕੀਟ ਚ ਤੁਹਾਡਾ ኦਪਰੇਟਿੰਗ ਸਿਸਟਮ ਚਾਹੀਦਾ ਕਹਿੰਦੇ ਲੈ ਜਾਓ ਯਾਰ ਆਪਾਂ ਸੌਦਾ ਵੇਚਣ ਵਾਸਤੇ ਬੈਠੇ ਆਪਾਂ ਹੋਰ ਇੱਥੇ ਕਿਹੜਾ ਕੋਈ ਧਣੀਆਂ ਵੇਚੀ ਇਹ ਹੀ ਸੌਦਾ ਵੇਚਣਾ ਤਾਂ ਉਹ ਕਹਿੰਦੇ ਕਿ ਠੀਕ ਹੈ ਬਈ ਪਰ ਆ ਆ ਐਪਸ ਤੁਹਾਨੂੰ ਇੱਥੇ ਪ੍ਰੀ ਅਪਲੋਡ ਕਰਨੀਆਂ ਪੈਣਗੀਆਂ ਤੇ ਆ ਆ ਪਲੇ ਸਟੋਰ ਚ ਤੁਹਾਨੂੰ ਲੈਣਾ ਹੀ ਪਏਗਾ ਸਾਰਾ ਕੁਝ ਲੈ ਲੋ ਕੁਝ ਚੱਕਰ ਨਹੀਂ ਬਸ ਉਹ ਕਹਿੰਦੇ ਕਿ ਜੇ ਤੁਸੀਂ ਇਦਾਂ ਕਰੋਗੇ ਬਾਈ ਤਾਂ ਫੇਰ ਅਸੀਂ ਬੰਦ ਕਰ ਦਾਂਗੇ ਤੇ ਤੁਹਾਡੀ ਮਾਰਕੀਟ ਦੇ ਵਿੱਚ smartphones ਬਹੁਤ ਮਹਿੰਗਾ ਹੋ ਜਾਏਗਾ ਪਰ ਉਹ ਡਰਾਵਾ ਹਾਲ ਦੀ ਘੜੀ ਤਾਂ ਨਹੀਂ ਚੱਲਿਆ ਪਰ ਧਮਕੀ ਉਹਨਾਂ ਨੇ ਦੇ ਦਿੱਤੀ ਸੀ ਜੀ ਧਮਕੀ ਦਿੱਤੀ ਆ ਉਹਨਾਂ ਨੇ ਪਰ ਹੁਣ ਦੇਖੋ ਅੱਗੇ ਕੀ ਬਣਦਾ ਪਰ ਇੱਕ ਵਾਰੀ Google ਨੂੰ ਕਾਫੀ ਵੱਡਾ ਝਟਕਾ ਜਿਹੜਾ ਉਹ ਇਥੋਂ ਇੰਡੀਆ ਦੇ ਬਾਜ਼ਾਰ 'ਚ ਲੱਗ ਗਿਆ ਹੈ ਜੀ ਕਿਹਾ ਜਾਂਦਾ ਕਿ Nokia ਦੇ ਫਿਰ ਹੁੰਦਾ ਕਾਰਨ ਇਹ ਸੀ ਕਿਦੋਂ Android system ਫ੍ਰੀ ਸੀ ਦੁਨੀਆਂ ਦੇ ਵਿੱਚ ਪਰ Nokia ਨੇ ਇੰਡੀਆ ਉਹਨਾਂ ਨੇ ਇਹਦੀ window ਲੈ ਕੇ ਆਈ ਤੇ ਉਹ ਫਲॉप ਹੋ ਗਈ ਤਕੋ ਨੋਕੀਆ ਬਿਲਕੁਲ ਜਦੋਂ ਨੋਕੀਆ ਦੁਬਾਰਾ ਆਇਆ ਹੈ ਨਾ ਉਸ ਟਾਈਮ ਤੱਕ ਸੈਮਸੰਗ ਉਸ ਟਾਈਮ ਤੱਕ ਤਾਂ ਕੁਝ ਇੰਡੀਅਨ ਬ੍ਰਾਂਡ ਜਿਹੜੇ ਉਹ ਬਹੁਤ ਅੱਗੇ ਨਿਕਲ ਚੁੱਕੇ ਸੀ ਅਜਰ ਹਮ ਚਾਈਨਾ ਅੱਗੇ ਵੱਧ ਚੁੱਕਾ ਸੀਗਾ ਜੀ ਨੋਕੀਆ ਲਈ ਵਾਪਸੀ ਕਰਨੀ ਬਹੁਤ ਔਖੀ ਸੀ ਉਸ ਦੌਰ ਦੇ ਵਿੱਚ ਫਿਰ ਉਹ ኦਪਰੇਟਿੰਗ ਸਿਸਟਮ ਆਪਣਾ ਲੈ ਕੇ ਆਏ ਨਹੀਂ ਚੱਲਿਆ ਉਕੇ ਐਂਡਰੋਇਡ ਜ਼ਿਆਦਾ ਚੱਲਦਾ ਸੀਗਾ ਐਂਡਰੋਇਡ ਨੇ ਤਾਂ ਪੂਰੀ ਜ਼ਬਰਦਸਤ ਬਾਜ਼ਾਰ ਦੇ ਵਿੱਚ ਤਬਦੀਲੀ ਲਿਆਂਦੀ ਹੈ ਚਲਾਉਣਾ ਵੀ ਆਸਾਨ ਸੀ ਵਿੰਡੋ ਦੇ ਨਾਲ ਉਹੀ ਮੈਂ ਕਹਿ ਰਿਹਾ ਨਾ ਕਿ ਐਂਡਰੋਇਡ ਦਾ ਉਹੀ ਹੈ ਨਾ ਕਿ ਐਂਡਰੋਇਡ ਜਿਹੜਾ ਹੈ ਵਾਜ ਆਪਣੇ ਇੰਡੀਆ ਵਾਸੀਆਂ ਵਾਸਤੇ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੱਥ ਤੇ ਚੜਿਆ ਆ ਵਿਆ ਤਾਂ ਅਚਾਨਕ ਵਿੰਡੋ ਸਿਸਟਮ ਉਹ ਚੀਜ਼ ਨਕਾਰਤੀ ਉਦੋਂ ਤੱਕ Samsung ਦਾ ਬਹੁਤ ਵੱਡਾ ਬਾਜ਼ਾਰ ਬਣ ਚੁੱਕਾ ਸੀ ਉਦੋਂ ਤੱਕ ਤੇ ਇੰਡੀਆ ਦੀਆਂ ਕੁਝ ਕੰਪਨੀਆਂ ਵੀ ਬਹੁਤ ਛਾਈਆਂ ਹੋਈਆਂ ਸਰ ਮਾਈਕਰੋਮੈਕਸ ਸੀਗਾ ਸਾਡੇ ਕੋਲ ਉਹ ਤਾਂ ਮੋਦੀ ਸਾਹਿਬ ਆਏ ਤੇ ਗਾਇਬ ਆਂ ਸਾਰੀਆਂ ਸਾਡੇ ਕੋਲ ਇਸ ਤਰ੍ਹਾਂ ਦੇ ਲਾਵਾ ਸੀ ਸਾਡੇ ਕੋਲ ਜੀ ਕਾਰਬਨ ਸੀ ਸਾਡੇ ਕੋਲ ਹੂੰ ਇਹ ਬਹੁਤ ਜ਼ਬਰਦਸਤ ਬਾਜ਼ਾਰ ਸ਼ੇਅਰ ਦੇ ਵਿੱਚ ਰੱਖਦਿਆਂ ਸਨ ਆਪਣਾ ਹਿੱਸਾ ਜਿਹੜਾ ਸ਼ੇਅਰ ਹੁੰਦਾ ਹੈ ਮਤਲਬ ਕਿ ਕਿਸ ਕੰਪਨੀ ਦਾ ਕਿਹਦਾ ਹੈ ਕਿੰਨਾ ਹੈ ਕਿਹਦਾ ਕਿੰਨਾ ਹੈ ਤਾਂ ਉਹ ਇੰਡੀਅਨ ਕੰਪਨੀਆਂ ਸੀ ਰੇਸ 'ਚ ਪਰ ਅਚਾਨਕ ਫਿਰ ਚਾਈਨਾ ਆ ਜਾਂਦਾ ਸੋ ਇਸ ਕਰਕੇ ኦਪਰੇਟਿੰਗ ਸਿਸਟਮ ਦੀ ਤਾਂ ਸਾਰੀ ਗੇਮ ਹੈ ਹੂੰ